ਤਾਂ ਸਕਰੋਲ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁੱਖ ਪੱਟੀਵਾਲ। ਪੰਜਾਬ ਸਰਕਾਰ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਹੁਣ ਨਾ ਕਿਤੇ ਰਿਸ਼ਵਤ ਚੱਲੇਗੀ ਤੇ ਨਾ ਹੀ ਕਿਸੇ ਥਾਂ ਤੇ ਕੋਈ ਕਿਸੇ ਵਿਭਾਗ ਦੇ ਵਿੱਚ ਘਪਲੇ ਨੇ ਜਿਹੜੇ ਉਹ ਚੱਲਣਗੇ। ਤਾਂ ਐਕਸ਼ਨ ਦੇ ਐਲਾਨ ਉਹਨਾਂ ਦੇ ਵੱਲੋਂ ਪਹਿਲਾਂ ਹੀ ਕੀਤੇ ਹੋਏ ਸੀ। ਤਾਂ ਹੁਣ ਜਿਹੜੇ ਵਿਭਾਗ ਨੇ ਉਹ ਵੀ ਐਕਸ਼ਨ ਮੋਡ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਜਿਹੜਾ ਵਿਜੀਲੈਂਸ ਵਿਭਾਗ ਦੇ ਵੱਲੋਂ ਅੱਜ ਛਾਪੇਮਾਰੀ ਕੀਤੀ ਗਈ ਸੀ। ਵਿਜੀਲੈਂਸ ਵਿਭਾਗ ਦੇ ਵੱਲੋਂ ਛਾਪੇਮਾਰੀ ਵੀ ਸਰਕਾਰੀ ਦਫ਼ਤਰ 'ਤੇ ਕੀਤੀ ਗਈ ਸੀ। ਦਰਅਸਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਦਫ਼ਤਰਾਂ 'ਚ ਚੱਲ ਰਹੇ ਘਪਲਿਆਂ ਨੂੰ ਜੱਗ ਜ਼ਾਹਿਰ ਕਰਨ ਦੇ ਲਈ ਜਿਹੜੀ ਡਿਊਟੀ ਵਿਜੀਲੈਂਸ ਵਿਭਾਗ ਦੀ ਲਗਾ ਦਿੱਤੀ ਹੈ ਅਤੇ ਵਿਜੀਲੈਂਸ ਵਿਭਾਗ ਵੀ ਹੁਣ ਪੂਰੀ ਤਰ੍ਹਾਂ ਐਕਸ਼ਨ ਮੋਡ ਦੇ ਵਿੱਚ ਆਉਂਦਾ ਨਜ਼ਰ ਆ ਰਿਹਾ ਹੈ। ਕਿਉਂਕਿ ਸੀਐਮ ਮਾਨ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ 'ਤੇ ਕਹਿ ਦਿੱਤਾ ਗਿਆ ਸੀ ਕਿ ਹੁਣ ਕਿਸੇ ਵੀ ਪ੍ਰਕਾਰ ਦੀ ਕੱਚ ਹੈ ਜਿਹੜੀ ਉਹ ਨਹੀਂ ਛੱਡੀ ਜਾਵੇਗੀ, ਹੁਣ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਜਿਹੜੇ ਰਿਸ਼ਵਤਖੋਰ ਨੇ ਜਾਂ ਜਿਨ੍ਹਾਂ ਦੇ ਵੱਲੋਂ ਘਪਲੇਬਾਜ਼ੀ ਕੀਤੀ ਜਾਂਦੀ ਆ, ਸਭ 'ਤੇ ਇਹ ਹੁਣ ਜਿਹੜੀ ਕਮਾਨ ਹੈ ਉਹ ਕਸੀ ਜਾਵੇਗੀ, ਸਭ 'ਤੇ ਹੁਣ ਜਿਹੜੀ ਨਕੇਲ ਹੈ ਉਹ ਪਾਈ ਜਾਵੇਗੀ। ਕਿਉਂਕਿ ਪਹਿਲਾਂ ਦੇਖਿਆ ਗਿਆ ਕਿ ਉਹਨਾਂ ਦੇ ਵੱਲੋਂ ਐਂਟੀ ਕਰਪਸ਼ਨ ਨੰਬਰ ਸੀ ਜਿਹੜਾ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਕਿ ਜੇ ਕਿਤੇ ਵੀ ਕੋਈ ਕਿਸੇ ਪ੍ਰਕਾਰ ਦੀ ਕਰਪਸ਼ਨ ਹੈ ਜਿਹੜੀ ਉਹ ਹੁੰਦੀ ਨਜ਼ਰ ਆਉਂਦੀ ਆ ਤਾਂ ਫਿਰ ਉਸਦੀ ਸ਼ਿਕਾਇਤ ਹੈ ਜਿਹੜੀ ਉਹ ਤੁਸੀਂ ਇਸ ਨੰਬਰ 'ਤੇ ਦੇ ਸਕਦੇ ਹੋ। ਤਾਂ ਉਸ ਤੋਂ ਬਾਅਦ ਜਿਹੜੇ ਘਪਲੇ ਚੱਲ ਰਹੇ ਨੇ, ਕਿਉਂਕਿ ਇਹ ਬੀਤੇ ਦਿਨਾਂ ਤੋਂ ਬੀਤੇ ਸਮਿਆਂ ਦੇ ਵਿੱਚ ਬੀਤੀਆਂ ਸਰਕਾਰਾਂ ਸਮੇਂ ਵੀ ਇਹ ਗੱਲਾਂ ਕਈ ਮਸਲੇ ਨੇ ਜਿਹੜੇ ਉਹ ਜੱਗ ਜ਼ਾਹਿਰ ਹੁੰਦੇ ਰਹੇ ਨੇ, ਕਈ ਪ੍ਰਕਾਰ ਦੇ ਇਲਜ਼ਾਮਬਾਜ਼ੀਆਂ ਕਈ ਵਿਭਾਗਾਂ 'ਤੇ ਲੱਗਦੀਆਂ ਰਹੀਆਂ ਨੇ ਕਿ ਉੱਥੇ ਘਪਲੇਬਾਜ਼ੀ ਹੁੰਦੀ ਆ ਜਾਂ ਫਿਰ ਰਿਸ਼ਵਤ ਖੋਰੀ ਹੁੰਦੀ ਆ। ਤਾਂ ਇਸੇ ਦੇ ਚੱਲਦਿਆਂ ਵਿਜੀਲੈਂਸ ਵਿਭਾਗ ਨੇ ਜਿਹੜੀਆਂ ਕਮਾਨ ਹੈ ਉਹ ਵੀ ਪੂਰੀ ਤਰ੍ਹਾਂ ਕਸ ਰੱਖੀ ਆ ਵਿਜੀਲੈਂਸ ਵਿਭਾਗ ਦੇ ਵੱਲੋਂ ਲਗਾਤਾਰ, ਜਿਸ ਦੇ ਚੱਲਦਿਆਂ ਹੁਣ ਨਗਰ ਕੌਂਸਲ ਤਰਨ ਤਾਰਨ ਅਤੇ ਜਿਹੜੀ ਛਾਪੇਮਾਰੀ ਕੀਤੀ ਗਈ ਆ ਵਿਜੀਲੈਂਸ ਵਿਭਾਗ ਦੀ ਟੀਮ ਦੇ ਵੱਲੋਂ ਜਿਹੜੀ ਛਾਪੇਮਾਰੀ ਆ ਉਹ ਕੀਤੀ ਗਈ ਆ। ਤਾਂ ਨਗਰ ਕੌਂਸਲ ਤਰਨ ਤਾਰਨ ਦੇ ਵਿੱਚ ਪਿਛਲੀ ਸਰਕਾਰ ਸਮੇਂ ਇਲਜ਼ਾਮ ਲੱਗੇ ਸੀ ਕਿ ਉੱਥੇ ਕਰੋੜਾਂ ਦੇ ਘਪਲੇ ਹੁੰਦੇ ਨੇ। ਤਾਂ ਚੰਡੀਗੜ੍ਹ ਤੋਂ ਵਿਜੀਲੈਂਸ ਦੀ ਟੀਮ ਜਾਂਚ ਦੇ ਲਈ ਪਹੁੰਚੀ ਸੀ। ਟੀਮ ਦੇ ਵੱਲੋਂ ਕਰੀਬ 30 ਦਰਜਨ ਤੋਂ ਵੱਧ ਜਿਹੜੇ ਉੱਥੇ ਦੇ ਕਰਮਚਾਰੀ ਅਤੇ ਅਧਿਕਾਰੀ ਨੇ ਉਹਨਾਂ ਦੇ ਅਕਾਊਂਟ ਨੇ ਜਿਹੜੇ ਉਹ ਆਪਣੇ ਕਬਜ਼ੇ ਦੇ ਵਿੱਚ ਕਰ ਲਏ ਗਏ ਨੇ। ਉਹਨਾਂ ਦੀ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਆ। ਤਾਂ ਕਰੋੜਾਂ ਦੇ, ਕਿਉਂਕਿ ਜੋ ਸਾਹਮਣੇ ਆਇਆ ਸੀ ਕਿ ਕਰੋੜਾਂ ਦੇ ਜਿਹੜੇ ਫਰਜ਼ੀ ਚੈੱਕ ਨੇ ਉਹ ਕੱਟੇ ਗਏ ਨੇ, ਤਾਂ ਉਹ ਪੂਰੇ ਮਾਮਲੇ ਦੀ ਹੁਣ ਪੂਰੇ ਘਪਲੇਬਾਜ਼ੀ ਦੀ ਜਿਹੜੀ ਜਾਂਚ ਹੈ ਉਹ ਟੀਮ ਦੇ ਵੱਲੋਂ ਕੀਤੀ ਜਾ ਰਹੀ ਆ। ਤਾਂ ਵਿਜੀਲੈਂਸ ਵਿਭਾਗ ਦੀ ਟੀਮ ਦੇ ਵੱਲੋਂ ਦਸਤਕ ਦਿੱਤੇ ਜਾਣ ਤੋਂ ਬਾਅਦ ਸੂਚਨਾ ਮਿਲਦਿਆਂ ਹੀ ਕਾਰਜ ਸੁਧਾਰ ਅਫਸਰ ਜਿਹੜਾ ਮੌਕੇ 'ਤੇ ਹਾਜ਼ਰ ਨਹੀਂ ਸੀ, ਵੱਡੀ ਗੱਲ ਆ ਕਿ ਜਿਹੜੇ ਉੱਥੇ ਦੇ ਅਫਸਰ ਸੀ ਉਹ ਮੌਕੇ 'ਤੇ ਹਾਜ਼ਰ ਨਹੀਂ ਸੀ। ਜਿਸ ਦੇ ਚੱਲਦਿਆਂ ਜਦੋਂ ਛਾਪਾ ਪੈਂਦਾ ਹੈ ਤਾਂ ਫਿਰ ਬਾਕੀ ਜਿਹੜੀ ਟੀਮ ਉੱਥੇ ਮੌਜੂਦ ਹੁੰਦੀ ਆ ਉਹਨਾਂ ਨੂੰ ਭਾਜੜਾ ਪੈ ਜਾਂਦੀਆਂ ਨੇ। ਕਾਂਗਰਸ ਪਾਰਟੀ ਅਤੇ ਅਕਾਲੀ ਦਲ ਪਾਰਟੀ ਦੀ ਸਰਕਾਰ 'ਚ ਕਿਸ ਢੰਗ ਦੇ ਜਿਹੜੇ ਕੰਮਕਾਜ ਚੱਲਦੇ ਰਹੇ ਨੇ, ਉਸ ਪੂਰੇ ਮਾਮਲੇ ਦੀ ਜਿਹੜੀ ਹੁਣ ਜਾਂਚ ਹੈ ਉਹ ਟੀਮ ਦੇ ਵੱਲੋਂ ਵਿਜੀਲੈਂਸ ਵਿਭਾਗ ਦੇ ਵੱਲੋਂ ਕੀਤੀ ਜਾ ਰਹੀ ਆ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਵਿਜੀਲੈਂਸ ਵਿਭਾਗ ਦੀ ਛਾਪੇਮਾਰੀ ਹੋਈ ਆ, ਸਰਕਾਰੀ ਦਫ਼ਤਰ 'ਤੇ ਛਾਪੇਮਾਰੀ ਕੀਤੀ ਗਈ ਆ। ਕਿਸੇ ਆਮ ਦਫ਼ਤਰ 'ਤੇ ਨਹੀਂ ਬਲਕਿ ਸਰਕਾਰੀ ਦਫ਼ਤਰ 'ਤੇ ਜਿਹੜੀ ਹੁਣ ਛਾਪੇਮਾਰੀ ਆ ਉਹ ਹੋਈ ਆ, ਅਤੇ ਨਕੇਲ ਆ ਜਿਹੜੀ ਉਹ ਕਸੀ ਜਾ ਰਹੀ ਆ। ਕਰੋੜਾਂ ਦੇ ਕਿਹਾ ਜਾ ਰਿਹਾ ਕਿ ਫਰਜ਼ੀ ਚੈੱਕ ਸੀ ਜਿਹੜੇ ਉਹ ਵੰਡੇ ਜਾ ਰਹੇ ਸੀ, ਜਿੱਥੇ ਇਹ ਮਾਨ ਸਰਕਾਰ ਦੇ ਹੁਕਮਾਂ ਤੋਂ ਬਾਅਦ ਵਿਜੀਲੈਂਸ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਆ। ਛਾਪੇਮਾਰੀ ਕਰਕੇ ਹੁਣ ਪੂਰੇ ਮਾਮਲੇ ਨੂੰ ਖੰਗਾਲਣ ਦੀ ਜਿਹੜੀ ਕੋਸ਼ਿਸ਼ ਆ ਉਹ ਲਗਾਤਾਰ ਕੀਤੀ ਜਾ ਰਹੀ ਆ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਦਫ਼ਤਰਾਂ 'ਚ ਚੱਲ ਰਹੇ ਘਪਲਿਆਂ ਨੂੰ ਜੱਗ ਜ਼ਾਹਿਰ ਕਰਨ ਦੇ ਲਈ ਵਿਜੀਲੈਂਸ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਹੁਣ ਜਿਹੜੀ ਛਾਪੇਮਾਰੀ ਹੈ ਉਹ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਆ। ਐਕਸ਼ਨ ਮੋਡ ਦੇ ਵਿੱਚ ਵਿਜੀਲੈਂਸ ਵਿਭਾਗ ਦੀ ਟੀਮ ਪੂਰੀ ਤਰ੍ਹਾਂ ਆ ਚੁੱਕੀ ਆ। ਤਾਂ ਪਿਛਲੀਆਂ ਸਰਕਾਰਾਂ ਸਮੇਂ ਜੇ ਕਿਸੇ ਦਫ਼ਤਰ ਦੇ ਵਿੱਚ ਕੋਈ ਘਪਲੇਬਾਜ਼ੀ ਹੋਈ ਆ, ਕੋਈ ਕਿਸੇ ਢੰਗ ਦੀ ਜਿਹੜੀ ਅਨਾਕਾਨੀ ਹੋਈ ਆ, ਤਾਂ ਉਸ ਦਫ਼ਤਰ ਦੇ ਖਿਲਾਫ਼ ਹੁਣ ਐਕਸ਼ਨ ਹੈ ਜਿਹੜਾ ਉਹ ਲਿਆ ਜਾ ਸਕਦਾ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ, ਵਿਜੀਲੈਂਸ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਆ। ਤਰਨ ਤਾਰਨ ਦੇ ਵਿੱਚ ਨਗਰ ਕੌਂਸਲ ਤਰਨ ਤਾਰਨ ਦੇ ਦਫ਼ਤਰ ਦੇ ਵਿੱਚ ਜਿਹੜੀ ਛਾਪੇਮਾਰੀ ਆ ਉਹ ਕੀਤੀ ਗਈ ਆ। ਕਿਹਾ ਜਾ ਰਿਹਾ ਕਿ ਉੱਥੇ ਕਰੋੜਾਂ ਦੇ ਘਪਲਾ ਹੋਇਆ ਸੀ। ਘਪਲਾ ਕਿਸ ਢੰਗ ਦੇ ਨਾਲ ਹੋਇਆ ਸੀ ਕਿ ਕਰੋੜਾਂ ਦੇ
फर्जी चैक ने जेड़े वंडे गए सी करोड़ों के फर्जी चैक कट्टे गए सी कट के ये जड़ा पैसा वो हजम किया गया सी तां करीब जिहड़ा 8 तों 9 मुलाजमान ने दसिया जा रहा कि अकाउंट तक सील कर दते गए ने ते पूरे अकाउंट ने जिहड़े फरोले जा रहे ने उन्होंने खंगालन की कोशिश की जा रही है कि किसी भी प्रकार की हुण राहत देन दे मूड़ दे विच पंजाब दी जिहड़ी सरकार है वह आउंदी नज़र नहीं आ रही है। तो नकेल कसी गई है विजिलेंस विभाग के वलों क्योंकि पंजाब दे विच आम आदमी पार्टी की सरकार आ चुकी है। आम आदमी पार्टी पहला ही दावे कर रही सी कि किसी भी ढंग की करप्शन पंजाब दे विच नहीं होने दिती जाएगी। जिहड़े घपलेबाजियां हुईयां ने जिहड़ियां घपलेबाजियां दे इल्जाम लगते रहे ने उन्होंने खिलाफ़ भी एक्शन है जिहड़ा वह लिया जाएगा। तो पंजाब दे विच जदों आम आदमी पार्टी की सरकार आउंदी है भगवंत मान होरां दे वल्लों पंजाब दे मुख्यमंत्री ने भगवंत मान तो उन्होंने वालों एक नंबर जारी कर दिता गया सी नंबर जारी करके कहा गया सी कि जे किते भी कोई करप्शन होंदा किसी भी प्रकार का तो फिर तुसी इस नंबर ते उसकी जानकारी दे सकते हो तो फिर जे जानकारी साढ़े कोल पहुँचती है तो उसके खिलाफ जिहड़ी कार्रवाई है वह कार्रवाई होवेगी। तो फिर विजिलेंस विभाग के वल्लों भी हुण जिहड़ा एक्शन मोड है वह लिया जा रहा। तो वड्डी खबर तुहाडे नाल सांझी कर रहे हैं विजिलेंस विभाग के वल्लों तरन तारण नगर कौंसल के दफ्तर जिहड़ा छापा सी वह मारिया गया सी उत्थे छापा मार के जिहड़ा दस दिए कि 8 तों 9 जिहड़े अधिकारी ने उन्हां दे अकाउंट तक जिहड़े अपने हवाले कर लए सी ते उन्हां दी जांच है जिहड़ी ओह कीती जा रही है कि किस टाइप किसी भी ढंग की राहत है जिहड़ी ओह देण दे मूड़ दे विच पंजाब दी सरकार नहीं आ रही है। तो तस्वीरां भी तुहानू दिखा रहे हैं ते तुहानू सुना दिंदे हां कि उत्थे मुलाजमां दा की कहना है। कंप्लेन तो साढ़े को पहला तो देखो जी SDM साहब ने भी लिख के भेजा वा रिगार्डिंग के भी इतने फंड्स का जरा मिस यूटिलाइजेशन की गई है। एक साढ़े को कंप्लेन प्राप्त हुई थी जी हरजिंदर सिंह पुत्र गुरसेवत सिंह तो जिते सैकटरी साहब ने सख्त नोटिस लेंदे हुए कहा कि भी इन जी इमीजिएटली जी इतने कार्रवाई की जाए क्योंकि दोनों के सेम ही कंटेंट रह गए थे कि भी इन्होंने फंडस की जी मिस यूटिलाइजेशन की हुई है। देख रहे हैं रिकॉर्ड लै रहे हैं वो बाद फिर आप देखेंगे की बनता शुरुआती जांच कि लगता है कि कोई घपला देखो हले आप शुरुआती जांच के घपला तो लगता वह किन्ना क लगता किन्ना क नहीं लगता ये बारे नहीं मैं हले जानकारी घपला लगता है देखो घपला तो लगता मैं अवे इस गल डिनाई नहीं करा लगता वह बट की है की नहीं है कंटेंट एक्चुअल जो भी आएगा फिगर उत्ते ही आप गल कर ग्रांटा तो बहुत आई हैं इन्हों ग्रांटा तो बहुत आई हैं बस वो ही रजिस्टर नहीं इन्होंने एक मेनटेन किए थे इन्हों के बयान ले कहते जी रजि जो सब कुछ रिकॉर्ड है वह EOs के कोल ही रहा जी सा पिछले 5 साल की जाँच की जाए कि 15-20 साल देखो जिदा जिदा चली जाएगा हो सकता सूँ होर भी पिछले जाना पवे आप इस चीज़ तो रिस्ट्रिक्ट नहीं कर सकते ये नहीं मैं हले तुम कुछ नहीं कह सकता किन्ने देर की जाँच की प्रिलिमिनरी हले अज हले तो प्रिलिमिनरी इनकुआरी करा उसके बाद प्रॉपर ऑडिट होएगा सब कुछ होएगा जिदा सरकार कहेगी उद मुताबिक कार्रवाई की जाएगी। कंप्लेन तो साढ़े को पहला तो देखो जी SDM साहब ने भी लिख के भेजा वा रिगार्डिंग के भी इतने फंडस का जरा मिस यूटिलाइजेशन की गई है। एक साढ़े को कंप्लेन प्राप्त हुई थी जी हरजिंदर सिंह पुत्र गुरसेवत सिंह तो जिते सैकटरी साहब ने सख्त नोटिस लेंदे हुए कहा कि भी इन जी इमीजिएटली जी इतने कार्रवाई की जाए क्योंकि दोनों के सेम ही कंटेंट रह गए थे कि भी इन्होंने फंडस की जी मिस यूटिलाइजेशन की हुई है। देख रहे हैं अभी रिकॉर्ड लै रहे हैं वो बाद फिर आप देखेंगे की बनता शुरुआती जांच कि लगता है कि कोई घपला देखो हले आप शुरुआती जांच के घपला तो लगता वह किन्ना क लगता किन्ना क नहीं लगता ये बारे नहीं मैं हले जानकारी घपला लगता है देखो घपला तो लगता मैं अवे इस गल डिनाई नहीं करा लगता वह बट की है की नहीं है कंटेंट एक्चुअल जो भी आएगा फिगर उत्ते ही आप गल कर ग्रांटा तो बहुत आई हैं इन्हों ग्रांटा तो बहुत आई हैं बस वो ही रजिस्टर नहीं इन्होंने एक मेनटेन किए थे इन्होंने बयान ले कहते जी रजि जो सब कुछ रिकॉर्ड है वो EOs के कोल ही रहा जी साढ़े को पिछले 5 साल की जाए कि 15-20 साल देखो जिदा जिदा चली जाएगा हो सकता सूँ होर भी पिछले जाना पवे आप इस चीज़ तो रिस्ट्रिक्ट नहीं कर सकते ये नहीं मैं हले तुम कुछ नहीं कह सकता किन्ने देर की जाँच की प्रिलिमिनरी हले अज हले तो प्रिलिमिनरी इनकुआरी करा उसके बाद प्रॉपर ऑडिट होएगा सब कुछ होएगा जिदा सरकार कहेगी उसके मुताबिक कार्रवाई की जाएगी। थैंक यू।